subscribe our channel for latest updates. ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਕੁਵੈਤ ਵਿੱਚ ਚੰਗੀ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ ਕਥਿਤ ਟਰੈਵਲ ਏਜੰਟ ਪੰਜਾਬ ਤੇ ਹਿਮਾਚਲ ਪ੍ਰਦੇਸ਼ ਦੇ 150 ਨੌਜਵਾਨਾਂ ਦੇ ਨਾਲ ਠੱਗੀ ਕਰਕੇ ਫਰਾਰ ਹੋ ਗਿਆ। ਉਸਨੇ ਹੁਸ਼ਿਆਰਪੁਰ ਦੇ ਇਸਲਾਮਾਬਾਦ ਦੇ ਵਿੱਚ ਕਿਰਾਏ ਦੀ ਬਿਲਡਿੰਗ ਦੇ ਵਿੱਚ ਦਫ਼ਤਰ ਖੋਲ੍ਹਿਆ ਹੋਇਆ ਸੀ। ਨੌਜਵਾਨਾਂ ਤੋਂ ਏਜੰਟ ਨੇ 35-35 ਹਜ਼ਾਰ ਰੁਪਏ ਲਏ ਹੋਏ ਸਨ। ਏਜੰਟ ਨੇ 2 ਦਿਨ ਪਹਿਲਾਂ ਨੌਜਵਾਨਾਂ ਨੂੰ ਵੀਜ਼ਾ ਤੇ ਟਿਕਟ ਦਿੰਦੇ ਹੋਏ ਏਅਰਪੋਰਟ ਦਿੱਲੀ ਜਾਣ ਦੀ ਗੱਲ ਕਹੀ ਸੀ। ਉੱਥੇ ਨੌਜਵਾਨਾਂ ਨੂੰ ਪਤਾ ਚੱਲਿਆ ਕਿ ਉਹਨਾਂ ਨੂੰ ਦਿੱਤਾ ਗਿਆ ਵੀਜ਼ਾ ਤੇ ਟਿਕਟ ਫਰਜ਼ੀ ਹਨ। ਇਸ ਤੇ ਨੌਜਵਾਨਾਂ ਨੇ ਜਦ ਏਜੰਟ ਦਾ ਮੋਬਾਈਲ ਫੋਨ ਮਿਲਾਇਆ ਤਾਂ ਉਸਦਾ ਫੋਨ ਸਵਿੱਚ ਆਫ ਸੀ। ਏਅਰਪੋਰਟ ਤੋਂ ਸਿੱਧਾ ਹੁਸ਼ਿਆਰਪੁਰ ਏਜੰਟ ਦੇ ਦਫ਼ਤਰ ਵਿੱਚ ਪਹੁੰਚੇ ਨੌਜਵਾਨਾਂ ਨੇ ਜ਼ਿਲ੍ਹਾ ਪੁਲਿਸ ਮੁਖੀ ਨੂੰ ਇੱਕ ਸਾਂਝੀ ਸ਼ਿਕਾਇਤ ਕੀਤੀ। ਉੱਥੇ ਪੁਲਿਸ ਮੁਖੀ ਨੇ ਏਜੰਟ ਦੇ ਖਿਲਾਫ਼ ਸਖ਼ਤ ਕਾਰਵਾਈ ਕਰਨ ਦੀ ਗੱਲ ਵੀ ਕਹੀ। ਜੀ, ਸਾਨੂੰ ਇੱਥੇ ਨਾ ਪੋਸਟਰ ਮਿਲੇ ਸੀਗੇ, ਇਹਨਾਂ ਨੇ ਬੁਲਾਇਆ ਗਲੋਬਲ ਇੰਟਰਪ੍ਰਾਈਜ਼ ਨੇ। ਇਹ ਕਹਿੰਦੇ ਕਿ 15 ਦਿਨ ਦੇ ਵਿੱਚ ਤੁਹਾਡਾ ਵੀਜ਼ਾ ਲੱਗ ਜੂਗਾ, ਅਤੇ ਇਹਨਾਂ ਕਹਿੰਦੇ ਵੀ 35 ਹਜ਼ਾਰ ਰੁਪਇਆ ਅਤੇ ਆਪਣੇ ਪਾਸਪੋਰਟ ਅਤੇ 4 ਨੀਲੇ ਪਰਦੇ ਜਾਂ ਫੋਟੋ ਲੈ ਕੇ ਆਓ। ਅਸੀਂ ਇੱਥੇ ਦਫ਼ਤਰ ਆਏ, ਇਹਨਾਂ ਨੇ ਕਾਪੀ ਲਾਈ ਅਤੇ ਕਹਿੰਦੇ ਵੀ ਤੁਸੀਂ 10-15 ਦਿਨ ਵੇਟ ਕਰੋ। ਅਤੇ ਅਸੀਂ ਚੱਲ ਗਏ ਆਪਣੇ ਆਪਣੇ ਘਰ, ਆਪਣਾ ਕੰਟੈਕਟ ਨੰਬਰ ਦੇ ਦਿੱਤਾ ਇਹਨਾਂ ਨੂੰ। ਜਦੋਂ ਕੰਟੈਕਟ ਨੰਬਰ ਲੈ ਲਿਆ ਇਹਨਾਂ ਨੇ, ਫਿਰ 12 ਦਿਨ ਬਾਅਦ ਸਾਨੂੰ ਫੋਨ ਆਇਆ, ਕਹਿੰਦੇ ਵੀ ਤੁਸੀਂ ਆਪਣੇ 35 ਹਜ਼ਾਰ ਪੇਪਰ ਲੈ ਕੇ ਆ ਜਾਓ, ਤੁਹਾਡਾ ਵੀਜ਼ਾ ਲੱਗ ਚੁੱਕਾ ਹੈ। ਅਸੀਂ ਇੱਥੇ ਆਏ, 35 ਹਜ਼ਾਰ ਰੁਪਇਆ ਲੈ ਕੇ। ਸਾਨੂੰ ਪਹਿਲੇ ਪਾਸਪੋਰਟ ਨਹੀਂ ਦਿੱਤਾ ਜੀ, ਇਹ ਕਾਗਜ਼ ਦਿੱਤੇ ਜੀ। ਜਦੋਂ ਇਹ ਕਾਗਜ਼ ਦਿੱਤੇ ਤਾਂ ਕਹਿੰਦੇ ਆਪਣੀ ਪੇਮੈਂਟ ਜਮ੍ਹਾਂ ਕਰਾਓ, ਅਤੇ ਅਸੀਂ ਆਪਣੀ ਪੇਮੈਂਟ ਜਮ੍ਹਾਂ ਕਰਾਈ 35 ਹਜ਼ਾਰ ਰੁਪਇਆ, ਅਤੇ ਫਿਰ ਸਾਨੂੰ ਇਹ ਦਿੱਤੇ ਉਹਨਾਂ ਨੇ, ਇਹ ਸੀਗੇ ਜਾਲੀ। ਅਤੇ ਫਿਰ ਸਾਨੂੰ ਕਹਿੰਦੇ ਵੀ ਤੁਹਾਡੀ 6 ਤਰੀਕ ਨੂੰ ਫਲਾਈਟ ਹੈ। ਯਕੀਨ ਨਹੀਂ ਕੀਤਾ, ਕਹਿੰਦੇ ਸਿਰਫ ਵਿਸ਼ਵਾਸ ਦੀ ਗੱਲ ਹੈ। ਫਿਰ ਕਹਿੰਦੇ ਦਿੱਲੀ ਚਲ ਜਾਓ, 6 ਵਜੇ ਦਿੱਲੀ ਆ ਜਾਓ, ਉੱਥੇ ਤੁਹਾਡੀ ਟਿਕਟ ਕਨਫਰਮ ਹੋ ਜਾਣੀ ਹੈ। ਜਦੋਂ ਸਾਨੂੰ ਅਸੀਂ ਇੱਥੋਂ ਵੀਜ਼ਾ ਲੈ ਕੇ ਗਏ ਹਾਂ, ਫਿਰ ਤੋਂ 35-35 ਹਜ਼ਾਰ ਰੁਪਈਆ ਲਿਆ। ਇਹਨਾਂ ਨੇ ਕਿਹਾ ਤੁਹਾਨੂੰ ਸ਼ਾਮ ਨੂੰ 8 ਵਜੇ ਮੈਸੇਜ ਆ ਜਾਊਗਾ ਵੀ ਟਿਕਟ ਕਨਫਰਮ ਹੋ ਗਈ ਆ, ਅਤੇ ਤੁਸੀਂ ਸਵੇਰੇ 7 ਵਜੇ ਤੱਕ ਦਿੱਲੀ, ਜਾਣੀ ਕਿ 9:30 ਵਜੇ ਦੀ ਫਲਾਈਟ ਆ, ਤੁਸੀਂ ਟਾਈਮ ਨਾਲ 6-7 ਵਜੇ ਤੱਕ ਉੱਥੇ ਪਹੁੰਚ ਜਾਓ, ਤੁਹਾਨੂੰ ਉੱਥੇ ਮਿਲਾਂਗੇ। ਠੀਕ ਆ ਜੀ, ਉੱਥੇ ਜਦੋਂ ਅਸੀਂ ਗਏ ਹਾਂ, ਸਾਡੇ ਤੋਂ ਪਹਿਲੇ ਵੀ ਬੰਦੇ ਪਹਿਲਾਂ ਜਾ ਚੁੱਕੇ ਸੀਗੇ। ਠੀਕ ਆ ਜੀ, ਜਦੋਂ ਅਸੀਂ ਅੰਦਰ ਐਂਟਰ ਹੋਏ ਹਾਂ, ਜਦੋਂ ਐਂਟਰ ਹੋ ਕੇ ਜਦੋਂ ਇਮੀਗ੍ਰੇਸ਼ਨ 'ਤੇ ਗਏ ਹਾਂ, ਇਮੀਗ੍ਰੇਸ਼ਨ ਵਾਲਿਆਂ ਨੇ ਸਾਨੂੰ ਬਾਹਰ ਹੀ ਆਵਾਜ਼ ਮਾਰ ਲਈ, ਅੱਗੇ ਜਾਣ ਨਹੀਂ ਦਿੱਤਾ। ਉਹਨੇ ਕਿਹਾ ਤੁਸੀਂ ਕੁਵੈਤ ਚੱਲੇ? ਮੈਂ ਕਿਹਾ ਹਾਂਜੀ, ਕੁਵੈਤ ਚੱਲੇ। ਕਾਹਦੇ ਵਾਸਤੇ? ਇਹ ਕੰਮ ਵਾਸਤੇ। ਜਦੋਂ ਸਾਡਾ ਟਿਕਟ ਵੀਜ਼ਾ ਦੇਖਿਆ, ਕਹਿੰਦੇ ਤੁਹਾਡੇ ਨਾਲ ਦੇ 250 ਬੰਦਾ ਅਸੀਂ ਹਜੇ ਮੋੜ ਚੁੱਕੇ ਹਾਂ ਇੱਥੋਂ, ਅਤੇ ਅਸੀਂ ਤੁਹਾਨੂੰ ਜਾਣੀ ਕਿ ਇੱਥੇ ਰੱਖ ਵੀ ਸਕਦੇ ਹਾਂ, 420 ਦੇ ਕੇਸ ਵਿੱਚ ਅਸੀਂ ਤੁਹਾਨੂੰ ਫੜ ਕੇ ਬਿਠਾ ਸਕਦੇ ਹਾਂ। ਠੀਕ ਆ ਜੀ, ਉੱਥੋਂ ਕਿਸੇ ਵੀ ਤਰ੍ਹਾਂ ਕਰਕੇ ਉਹਨੇ ਸਾਡਾ ਸਾਰਾ ਪਾਸਪੋਰਟ ਦਾ ਨਾਮ ਨੂੰ ਲਿਖ ਕੇ, ਟਿਕਟ ਨੰਬਰ ਲਿਖ ਕੇ, ਐਂਟਰੀ ਲਿਖ ਕੇ, ਫਿਰ ਸਾਨੂੰ ਉੱਥੋਂ ਬਾਹਰ ਕੱਢਿਆ। ਫਿਰ ਅਸੀਂ ਰਾਤ ਨੂੰ ਉੱਥੋਂ 11 ਵਜੇ ਤੁਰੇ ਹਾਂ ਜੀ, ਹਜੇ ਤੱਕ ਘਰਾਂ ਨੂੰ ਨਹੀਂ ਗਏ ਹਾਂ। ਉੱਦਾਂ ਹੀ ਉਹਨੂੰ ਕੱਪੜਿਆਂ ਦੇ ਵਿੱਚ ਵਿਖੜੇ ਹਾਂ, 2 ਦਿਨ ਹੋ ਗਏ ਕੱਪੜੇ ਪਾ ਤੋਂ, ਨਾ ਨਹਾਤੇ ਹਾਂ, ਨਾ ਖਾਣਾ ਖਾਧਾ ਆ, ਭੁੱਖੇ ਭਾਣੇ। ਸਰ ਜੀ, ਅਸੀਂ ਅਪਲਾਈ ਕੀਤਾ ਤਾਂ ਕਦੋਂ, ਮਤਲਬ ਕੁਵੈਤ ਵਾਸਤੇ, ਸਾਡੇ ਜੀ ਪਾਸਪੋਰਟ ਜਮ੍ਹਾਂ ਕਰ ਲਏ, ਅਤੇ ਸਾਨੂੰ ਇਹ ਨਹੀਂ ਕਿਹਾ ਵੀ ਸਾਡੇ ਨਾਲ ਦੇ ਗਰੁੱਪ ਤਾਂ 15 ਬੰਦੇ ਆ ਸਲੋਕੜ ਤੋਂ, ਅਤੇ ਸਾਡੇ 13 ਬੰਦਿਆਂ ਦੀ ਵੀਜ਼ਾ ਆ ਗਏ ਜੀ, ਅਤੇ ਅਸੀਂ ਇਹਦੇ ਕੋਲ ਆਏ ਅਤੇ ਇਹਨੇ 13 ਬੰਦਿਆਂ ਦੀ ਪੇਮੈਂਟ ਲੈ ਲਈ। ਸਾਨੂੰ ਇਹ ਨਹੀਂ ਕਿਹਾ ਤੁਸੀਂ ਸ਼ੁੱਕਰਵਾਰ ਨੂੰ ਆਇਓ, ਤੁਹਾਡੀ ਸ਼ੁੱਕਰਵਾਰ ਨੂੰ ਮਿਲੋ, ਸਾਨੂੰ ਤੁਹਾਡੀ ਸ਼ਨੀਵਾਰ ਤੱਕ ਜੀ ਫਲੈਟ ਕਰਾਉਣੀ, ਅਤੇ ਹੁਣ ਇਹ ਫਰਾਰ ਹੈ ਜੀ, ਸਾਡੇ ਪਾਸਪੋਰਟ ਇਹਦੇ ਕੋਲ ਜਮ੍ਹਾਂ ਹੈ। ਕਿੰਨੇ ਕੁ ਬੰਦੇ ਹੋ ਤੁਹਾਡੇ ਜਿਹੜੇ ਹੈਗੇ? ਮੇਰੇ ਹਿਸਾਬ ਨਾਲ 10-15 ਬੰਦੇ ਸਾਡੇ ਇੱਦਾਂ ਦੇ ਹੈਗੇ ਜਿਹਨਾਂ ਦੇ ਕੋਲ ਪਾਸਪੋਰਟ ਹੈ ਨਹੀਂ ਇਸ ਟਾਈਮ ਦੇ। ਸਰ, ਅਸੀਂ ਆਪਣੀ ਇੱਥੇ ਲੋਕਲ ਪੁਲਿਸ ਚੌਂਕੀ ਗਏ, ਉਹ ਕਹਿੰਦੇ ਵੀ ਸਾਡੇ 'ਚ ਕੋਈ ਰੋਲ ਨਹੀਂ ਹੈ, ਵੀ ਤੁਸੀਂ ਉੱਥੇ ਹੁਸ਼ਿਆਰਪੁਰ ਜਾਓ, SP ਸਾਹਿਬ ਨੂੰ ਮਿਲੋ, ਅਤੇ ਉਹ ਇਸ ਬਾਰੇ ਗੱਲ ਕਰਨਗੇ। ਨੇ ਸਾਰੇ ਲੋਕ ਨੇ ਮੇਰੇ ਕੋਲ ਆਏ ਹਾਂ, ਆਪਣੀ ਐਪਲੀਕੇਸ਼ਨ ਦਿੱਤੀ ਆ, ਇਹਨਾਂ ਨੇ ਇਹ ਕੇਸ ਏਜੰਟ ਨੇ ਪੈਸਾ ਲੈ ਕੇ ਵੀਜ਼ਾ ਦਿੱਤਾ, ਇਹਨਾਂ ਨੇ ਦਿੱਲੀ ਏਅਰਪੋਰਟ ਨੇ ਗਏ ਆ, ਫਿਰ ਉੱਥੋਂ ਵਾਪਸ ਆ ਗਏ ਨੇ, ਹੁਣ ਇਹਨਾਂ ਨੇ ਮੇਰੇ ਕੋਲ ਐਪਲੀਕੇਸ਼ਨ ਦਿੱਤਾ, ਮੈਂ ਉਹਨਾਂ ਦੇ ਵਿੱਚ ਕਾਰਵਾਈ ਕਰੂੰਗਾ। ਹੁਸ਼ਿਆਰਪੁਰ ਤੋਂ ਅਮਰੀਕ ਕੁਮਾਰ ਦੀ ਰਿਪੋਰਟ, ਚੈਨਲ ਪੰਜਾਬ ਨਿਊਜ਼।